ਅੱਜ ਖੜਿਆਂ ਜੌਲਾਂ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਣ ਤੋਂ ਜਿਹੜਾ ਬਚਾਅ ਹੋ ਗਿਆ। ਅੱਗ ਜਿਹੜੀ ਲੱਗ ਚੁੱਕੀ ਝੁੱਗੀਆਂ ਨੂੰ ਜਾ ਰਹੀ ਆ, ਕਿਉਂਕਿ ਅੱਜ ਤੋਂ 1.5-2 ਸਾਲ ਪਹਿਲਾਂ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਸੀ ਅਤੇ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਸਾਡੀ ਜਿਹੜੀ ਫਾਇਰ ਬ੍ਰਿਗੇਡ ਅਸੀਂ ਪਹਿਲੇ ਦਿਨ ਜਿਹੜੀ ਇਹ ਅੱਜ ਅਸੀਂ ਤਾਂ ਇਹੀ ਕਹਿੰਦੇ ਕਦੀ ਵੀ ਕੋਈ ਘਟਨਾ ਨਾ ਵਾਪਰੇ, ਕਦੀ ਯੂਜ਼ ਨਾ ਹੋਵੇ, ਇੱਦਾਂ ਹੀ ਖੜੀ ਰਹੇ। ਅਤੇ ਅੱਜ ਪਹਿਲੇ ਦਿਨ ਜਿਹੜੀ ਇਹ ਵਰਤੀ ਗਈ ਆ ਅਤੇ ਚਲੋ ਬਚਾ ਰਿਹਾ ਆ, ਕੋਈ ਨੁਕਸਾਨ ਨਹੀਂ ਹੋਇਆ। ਅਤੇ ਪ੍ਰੈਸ਼ਰ ਵਗੈਰਾ ਵੀ ਇਹਦਾ ਕਾਫੀ ਵਧੀਆ ਅਤੇ ਇੱਕ ਟੈਂਕੀ ਵੀ ਕਾਫੀ ਵੱਡੀ ਹੈ ਇੱਕ ਟਰੈਕਟਰ ਦੇ ਪਿੱਛੇ ਹੋਣ ਪਿੱਛੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖੜਿਆਂ ਜੌਲਾਂ ਪਿੰਡ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਹੋਣ ਤੋਂ ਜਿਹੜਾ ਬਚਾਅ ਹੋ ਗਿਆ। ਬਚਾਅ ਜਿੱਦਾਂ ਨਗਰ ਨਿਵਾਸੀਆਂ ਨੇ ਪਹਿਲ ਦੇ ਆਧਾਰ ਤੇ ਆਪ ਆਣ ਕੇ ਬਹੁਤ ਜ਼ੋਰ ਮਾਰਿਆ, ਕਾਬੂ ਕੀਤਾ। ਮੇਰੇ ਨਾਲ ਸਰਪੰਚਾ ਕੁਲਦੀਪ ਭਾਜੀ ਖੜੇ ਆ, ਸਨੀ ਵੀਰ ਖੜਾ ਆ, ਸਾਡੇ ਭਾਜੀ ਖੜੇ ਆ, ਮੇਰੇ ਨਾਲ ਵੱਡਾ ਭਰਾ ਮੇਰਾ ਪਰਸ਼ੋਤਮ ਭਾਜੀ। ਸਾਨੂੰ ਫੋਨ ਆਇਆ ਸਨੀ ਵੀਰ ਦਾ ਵੀ ਅੱਗ ਜਿਹੜੀ ਲੱਗ ਚੁੱਕੀ ਝੁੱਗੀਆਂ ਨੂੰ ਜਾ ਰਹੀ ਆ, ਕਿਉਂਕਿ ਅੱਜ ਤੋਂ 1.5-2 ਸਾਲ ਪਹਿਲਾਂ ਝੁੱਗੀਆਂ ਨੂੰ ਅੱਗ ਲੱਗ ਚੁੱਕੀ ਸੀ ਅਤੇ ਕਾਫੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਸੀ। ਅਤੇ ਅੱਜ ਜਿਹੜਾ ਇਹ ਅੱਗ ਫੇਰ ਉੱਧਰ ਨੂੰ ਜਾ ਰਹੀ ਆ, ਅਤੇ ਇਹ ਵਿਚਾਰਿਆਂ ਨੇ ਜਿਹਨਾਂ ਦੀਆਂ ਝੁੱਗੀਆਂ ਉਹਨਾਂ ਨੇ ਕਾਬੂ ਕਾਫੀ ਆ ਹੱਦ ਤੱਕ ਲੱਗੇ ਰਹੇ। ਫਿਰ ਜਿਹੜੀ ਸਾਡੀ ਜਿਹੜੀ ਫਾਇਰ ਬ੍ਰਿਗੇਡ ਅਸੀਂ ਪਹਿਲੇ ਦਿਨ ਜਿਹੜੀ ਇਹ ਅੱਜ ਅਸੀਂ ਤਾਂ ਇਹੀ ਕਹਿੰਦੇ ਕਦੀ ਵੀ ਕੋਈ ਘਟਨਾ ਨਾ ਵਾਪਰੇ, ਕਦੀ ਯੂਜ਼ ਨਾ ਹੋਵੇ, ਇੱਦਾਂ ਹੀ ਖੜੀ ਰਹੇ। ਅਤੇ ਅੱਜ ਪਹਿਲੇ ਦਿਨ ਜਿਹੜੀ ਇਹ ਵਰਤੀ ਗਈ ਆ ਅਤੇ ਚਲੋ ਬਚਾ ਰਿਹਾ ਆ, ਕੋਈ ਨੁਕਸਾਨ ਨਹੀਂ ਹੋਇਆ। ਅਤੇ ਸਾਡੇ ਸਰਪੰਚ ਸਾਹਿਬ ਭਾਜੀ ਕਿੱਦਾਂ ਲੱਗਾ, ਪ੍ਰੈਸ਼ਰ ਪ੍ਰੂਸ਼ਰ ਠੀਕ ਆ ਉਹਦਾ? ਵਧੀਆ ਜੀ, ਵਧੀਆ। ਬਹੁਤ ਫਾਇਰ ਬ੍ਰਿਗੇਡ ਤੋਂ ਪਹਿਲਾਂ ਪਹੁੰਚ ਗਿਆ ਅਤੇ ਇੱਕ ਤਾਂ ਮਨਜੋਤ ਸਿੰਘ ਤਲਵੰਡੀ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਕ ਫੋਨ 'ਤੇ ਇੱਥੇ ਇਸ ਸਾਡੀ ਜਿਹੜੀ ਬਹੁਤ ਦਰਦਨਾਕ ਘਟਨਾ ਤੋਂ ਬਚਾਅ ਹੋ ਗਿਆ। ਅਤੇ ਪ੍ਰੈਸ਼ਰ ਵਗੈਰਾ ਵੀ ਇਹਦਾ ਕਾਫੀ ਵਧੀਆ ਅਤੇ ਇੱਕ ਟੈਂਕੀ ਵੀ ਕਾਫੀ ਵੱਡੀ ਹੈ ਇੱਕ ਟਰੈਕਟਰ ਦੇ ਪਿੱਛੇ ਹੋਣ ਪਿੱਛੇ, ਜਿੱਥੇ ਮਰਜ਼ੀ ਇਹਨੂੰ ਆਪਾਂ ਲਿਜਾ ਕੇ ਯੂਜ਼ ਕਰ ਸਕਦੇ ਹਾਂ। ਤੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਇੱਕ ਹੀ ਫੋਨ 'ਤੇ ਉਸੇ ਟਾਈਮ ਲਗਭਗ 1.5 ਘੰਟੇ ਦੇ ਵਿੱਚ ਹੀ ਤੁਸੀਂ ਲਾ ਲਓ ਵੀ ਬਾਘਿਆਂ ਤੋਂ ਇੱਥੇ ਪਹੁੰਚ ਗਏ ਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਕੋਈ ਅਣਸੁਖਾਵੀਂ ਘਟਨਾ ਹੋਣ ਤੋਂ ਇਹ ਬਚਾਅ ਹੋ ਗਿਆ। ਹਾਂਜੀ, ਬਹੁਤ ਬਹੁਤ ਧੰਨਵਾਦ ਜੀ। ਇਹ ਤਾਂ ਬਹੁਤ ਸ਼ਲਾਘਾਯੋਗ ਕਦਮ ਹੈ ਜੀ ਤੁਹਾਡਾ, ਜਿਹੜਾ ਤੁਸੀਂ ਰਲ ਕੇ ਬਣਾਈਆਂ ਹੋਈਆਂ, ਅਸੀਂ ਵੀ ਜਿਹੜਾ ਰਲ ਮਿਲ ਕੇ ਸਾਰਿਆਂ ਨੇ ਚਲੋ ਇਲਾਕੇ ਦੀ ਇੱਕ ਸਹਿਯੋਗ ਦੇ ਨਾਲ ਆਈ ਆ। ਬਹੁਤ ਆਪਾਂ ਗਾਂ ਵੀ ਇਹ ਤੋਂ ਵੱਡੀ ਲੈਣ ਦੀ ਵੀ ਸੋਚ ਰਹੇ ਹਾਂ ਵੀ ਜਿਹੜੀ ਇੱਕ ਗੱਡੀ ਵੀ ਹੋਵੇ। ਹੁਣ ਆਉਂਦੇ ਹੀ ਦੇਖ ਰਹੇ ਸੀ, ਚਲੋ ਜ਼ਿਆਦਾ ਰੋਡ ਤੇ ਤਾਂ ਇਹ ਜਦੋਂ ਲੰਬੇ ਤੇ ਔਖਾ ਹੋ ਜਾਂਦਾ ਭਾਜੀ, ਨੇੜੇ ਤੇ ਔਖਾ ਹੋ ਜਾਂਦਾ। ਹੁਣ ਜਦੋਂ ਉਹ ਸਾਨੂੰ ਰਸਤਾ ਨਹੀਂ ਆਉਣ ਤੇ ਆਉਂਦਾ ਸੀ ਵੀ ਜਲਦੀ ਆਈਏ, ਕੋਈ ਟੋਏ ਸੀ ਉਹਦਾ ਟਰੈਕਟਰ ਕਰਕੇ ਆ ਗਿਆ ਫਾਈਟ ਵਗੈਰਾ ਤੇ, ਪਰ ਜਦੋਂ ਇੱਥੇ ਆਈ ਤੇ ਜਿਹੜੀ ਫਾਇਰ ਬ੍ਰਿਗੇਡ ਉਹ ਪਿੱਛੇ ਰਹਿ ਗਈ। ਜਿਹੜੀ ਆਹ ਰੋਡਾਂ ਤੇ ਆਉਣ ਦੇ ਲਈ ਇੱਕ ਬਹੁਤ ਵੱਡੀ ਗੱਲ ਆ, ਇਹ ਜਿੱਥੇ ਮਰਜ਼ੀ ਫਿੱਟ ਕਰ ਦਿਓ, ਜਿੱਥੇ ਮਰਜ਼ੀ ਆਣ ਕੇ ਦੇਖੋ ਕਿੱਦਾਂ ਦੇ ਰੋਡਾਂ ਤੇ ਆਣ ਕੇ ਐਨ ਅੱਗ ਦੇ ਨੇੜੇ ਪਹੁੰਚ ਗਈ ਆ। ਬਾਕੀ ਸਾਡੇ ਭਰਾ ਹੁਣੀ ਇੱਥੇ ਵਿੱਚ, ਇਹਨਾਂ ਨੇ ਪਹਿਲਾਂ ਫੋਨ ਮਾਰਿਆ ਸੀ। ਬਹੁਤ ਬਹੁਤ ਧੰਨਵਾਦ ਤੁਹਾਡਾ ਭਾਜੀ, ਅਸੀਂ ਇਹਨਾਂ ਦਾ ਫੋਨ ਗਿਆ ਕਿ ਭਾਜੀ ਅੱਗ ਲੱਗੀ ਪਈ ਆ, ਝੁੱਗੀਆਂ ਵੱਲੋਂ ਆ ਰਹੀ ਆ, ਅਸੀਂ ਨਾਲ ਨਾਲ ਦੇ ਸਰਪੰਚ ਸਾਹਿਬ ਨੂੰ ਤਲਾਹ ਦਿੱਤੀ, ਨਾਲ ਹੀ ਤੁਹਾਨੂੰ ਫੋਨ ਕੀਤਾ ਕਿ ਭਾਜੀ ਹੁਣ ਵੱਡੀ ਘਟਨਾ ਜਿਹੜੀ ਆ ਹੋਣ ਤੋਂ ਬਚਾ ਲਓ। ਬਿਲਕੁਲ ਬਚਾਅ ਹੋ ਗਿਆ, ਬੜੀ ਮਿਹਰਬਾਨੀ ਤੁਹਾਡੀ, ਫਸਲ ਵੀ ਤਿਆਰ ਆ, ਤਿਆਰ ਖੜੀ ਆ, ਮੈਂ ਫਸਲਾਂ ਵੀ ਤਿਆਰ ਖੜੀਆਂ ਆ। ਇੱਕ ਅਪੀਲ ਕਰਦੇ ਹਾਂ ਸਾਰੀ ਸੰਗਤ ਨੂੰ, ਜ਼ਰੂਰ ਧਿਆਨ 'ਚ ਰੱਖੋ, ਇਹ ਜਿਹੜੀ ਗੜਦੀ ਵਾਲਾ ਅਸੀਂ ਉੱਥੇ ਦਫ਼ਤਰ ਦੇ ਵਿੱਚ ਖੜੀ ਕੀਤੀ ਹੈ, ਕਦੀ ਵੀ ਕਿਤੇ ਇੱਦਾਂ ਦੀ ਲੱਗਦੀ ਪਹਿਲਾਂ ਤਾਂ ਫਾਇਰ ਬ੍ਰਿਗੇਡ ਨੂੰ ਨਾਲ ਹੀ ਫੋਨ ਸਾਡੀ ਸੰਸਥਾ ਨੂੰ ਤੁਸੀਂ ਕਰ ਸਕਦੇ ਆ।
ਜਿੰਨੀ ਜਲਦੀ ਹੋ ਸਕੇ ਜਿਹੜਾ ਆਪ ਇਹ ਪਹੁੰਚ ਕੇ ਜਿਹੜੀਆਂ ਇਹੋ ਜਿਹੀਆਂ ਘਟਨਾਵਾਂ ਨੂੰ ਅਸੀਂ ਬਚਾ ਕਰ ਸਕੀਏ, ਅਪੀਲ ਕਰੋ ਵੀ ਅੱਗ ਲੱਗਣ ਤੋਂ, ਹਾਂ ਅੱਗ ਲੱਗਣ ਤੋਂ ਜੇ ਹਾਂ ਅੱਗ ਲਾਉਣ ਤੋਂ ਬਚਾ ਕਰੋ। ਆਹ ਜਿਹੜੇ ਹੁਣ ਟਾਈਮ ਦੇ ਵਿੱਚ ਅੱਗ ਨਾ ਲਾਓ, ਇਹ ਵੀ ਕਿਤੇ ਖੇਤ ਵਾਲੇ ਨੇ ਕਿਤੇ ਲਾਈ ਪਰ ਦੇਖੋ ਕਿੱਥੇ ਚਲ ਗਈ, ਬਚਾ ਹੋ ਗਿਆ। ਪਰ ਆਹ ਦਿਨਾਂ ਦੇ ਵਿੱਚ ਅੱਗ ਨਾ ਲਾਓ, ਕਣਕਾਂ ਪੱਕੀਆਂ ਹੋਈਆਂ, ਕਿਸੇ ਵੀ ਰਹਿੰਦ ਖੂੰਦ ਨੂੰ ਲੂਹੋ, ਹਾਂ ਲੂਹੋ ਨਾ, ਲੂਹੋ ਨਾ, ਲੂਹੋ ਜੇ ਲੂਣਾ ਤਾਂ ਉਹਨੂੰ ਪ੍ਰੀਕਾਸ਼ਨ ਕਰਕੇ ਅਵਲ ਤਾਂ ਲੂਹੋ ਹੀ ਨਾ, ਪ੍ਰਸ਼ਾਸਨ ਨੇ ਮਨਾ ਕੀਤਾ ਹੈ ਤਾਂ ਉੱਥੋਂ ਬਚਾ ਕਰੋ, ਬਚਾ ਬਿਲਕੁਲ। ਧੰਨਵਾਦ ਸਾਰੀ ਸੰਗਤ ਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।